हरदम मैं जो मंगया सो पाया। गुरु देव धन गुरु देव।
ਮਾੜੀ ਚਮਕਾਰ ਕਿਤੇ ਸਿਰਸਾ ਦਾ ਪਾਣੀ ਘੜੀ ਚਮਕਾਰ ਕਿਤੇ ਸਿਰਸਾ ਦਾ ਪਾਣੀ ਖੂਨੀ ਗੰਦਾ ਸਰਹੰਦ ਦੀਆਂ ਦੱਸਣ ਕਹਾਣੀ ਮਾਛੀ ਵਾੜੇ ਦੇ ਜੰਗਲ ਜਮਲੀ ਰੋਲੀ ਸਾਰਾ ਦਾਦਾ ਤਨ ਤੇਰੀ ਸਿੱਖੀ ਤਨ ਸਿੱਖੀ ਦਾ ਨਜ਼ਾਰਾ ਤਨ ਸਿੱਖੀ ਦਾ ਨਜ਼ਾਰਾ ਪ੍ਰਕਾਸ਼ ਹੋਇਆ ਤੇ ਭਾਈ ਸਾਹਿਬ ਭਾਈ ਗੁਰਦਾਸ ਨੇ ਵੀ ਘਰ ਦੀ ਕੀਤੀ ਔਰ ਉਹਨਾਂ ਨੇ ਜ਼ਿਕਰ ਕੀਤਾ ਲਾਹੌਰ ਦੇ ਵਿੱਚ ਨਾਨਕਾਂ ਦੇ ਘਰ ਹੋਇਆ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਮਨ ਨਾਲੋਂ 5 ਸਾਲ ਵੱਡੇ ਸਨ ਜਦੋਂ ਮੇਰੇ ਗੁਰਦੇਵ ਦਾ ਪ੍ਰਕਾਸ਼ ਹੋਇਆ ਜਿਵੇਂ ਆਂਡੀਆਂ ਗਵਾਂਢੀਆਂ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੇ ਜਿਵੇਂ ਵਧਾਈਆਂ ਦਿੱਤੀਆਂ ਨੇ ਥੋੜੋ ਪਿਆਰ ਤੇ ਸਤਿਕਾਰ ਨਾਲ ਇਉਂ ਬੇਨਤੀ ਕੀਤੀ ਜਾ ਰਹੀ ਹੈ 1926 ਨੂੰ ਇਲਾਹੀ ਜੋਤ ਆਈ ਸੀ ਸਾਰੇ ਜੱਗ ਉੱਤੇ ਉਦੋਂ ਹੋਈ ਰੋਸ਼ਨਾਈ ਸੇ ਜੁਲਮ ਮਟਾਉਣ ਤਾਈਂ ਅੱਲਾ ਦਾ ਪਿਆਰਾ ਆਇਆ ਕੈਸੀ ਉਹਦੇ ਖੇਡ ਵਰ ਤਾਈਏ ਨਾਨਕ ਜੀ ਆਏ ਜਦੋਂ ਵਿੱਚ ਤਲ ਵੰਡੀ ਦੇ ਖੁਸ਼ੀ ਸਭ ਸੰਗਤ ਦਾ ਮਨਾਈ ਜੀ ਸ਼ੈਨ ਸ਼ਾਹ ਖੁਸ਼ੀ ਸਭ ਸੰਗਤ ਦਾ ਮਨਾਈਏ ਓ ਸਤਾਈ ਹੋਈ ਜੁਲਮਾਂ ਦੀ ਜਨਤਾ ਕੋ ਰੁਲਾਵਾਂਦੀ ਤੇ ਰਾਜਿਆਂ ਦੀ ਟੋਲੀ ਬੈਠੀ ਜੁਲਮਾਂ ਕਮਾਵਾਂਦੀ ਹੈ ਜਾਲਮਾਂ ਨੂੰ ਇਹ ਨਲਕਾਰ ਕੇ ਹੀ ਆਖ ਦਿੱਤਾ ਜਾਨੀ ਨਾ ਪੀੜ ਪਰਾਈ ਨਾਨਕ ਜੀ ਆਏ ਜਦੋਂ ਵਿੱਚ ਤਲ ਵੰਡੀ ਦੇ ਖੁਸ਼ੀ ਸਾਹਿਬ ਸੰਗਤਾਂ ਮਨਾਈ ਸ਼ਹਿਨ ਸ਼ਾਹ ਖੁਸ਼ੀ ਸਾਹਿਬ ਸੰਗਤਾਂ ਮਨਾਈ ਪਿਤਾ ਕਾਲੂ ਤਾਈ ਉਦੋਂ ਮਿਲਣੇ ਵਧਾਈਆਂ ਜੀ ਉਹ ਨਾ ਕੋਲੋ ਜਾਂਦੀਆਂ ਨਾ ਖੁਸ਼ੀਆਂ ਸਮਾਈਆਂ ਹਾਂ ਜੀ ਖੁਸ਼ੀਆਂ ਸਮਾਈਆਂ ਜੀ ਇਹ ਦੂਰ ਦੂਰ ਗਾਹੇ ਪ੍ਰਵਾਨ ਹੁੰਦੀ ਓਟ ਉਹ ਜਿਨ੍ਹਾਂ ਨੇ ਆਕਾਹਲੀ ਉੱਤੇ ਲਾਈ ਨਾਲ ਮਾਦਕ ਕਿਸੇ ਕੋਲੋਂ ਰਿਹਾ ਭੇਦ ਗੁੱਜਾ ਨਾ ਦੁੱਖੀਆਂ ਦੀ ਸਾਰ ਲੈਣ ਹੋਰ ਕੋਈ ਪੁੱਜਾ ਨਾ ਜਾਨ ਮਾਨੂੰ ਇਹ ਲਲਕਾਰ ਕੇ ਹੀ ਆਖ ਦਿੱਤਾ ਜਰਨੀ ਨਾ ਪੀੜ ਪਰਾਈ ਨਾਨਕ ਜੀ ਆਏ ਜਦੋਂ ਵਿੱਚ ਤਲ ਵੰਡੀ ਦੇ ਖੁਸ਼ੀ ਸਭ ਸੰਗਤਾਂ ਮਨਾਈ ਜੀ ਸ਼ਹਿਨ ਸ਼ਾਹ ਖੁਸ਼ੀ ਸਭ ਸੰਗਤਾਂ ਮਨਾਈ ਯੋਲਮਾ ਦੀ ਬੀਜਲੀ ਫੇ ਕਦੇ ਵੀ ਡਰਾਏ ਹਾਂ ਜੀ ਕਦੇ ਵੀ ਡਰਾਏ ਨਾ ਨਾਮ ਦੀ ਖੁਮਾਰੀ ਵਿੱਚ ਰੰਗ ਲਿਆ ਆਪਾ ਜਿਨ ਰੋ ਗਈ ਉਹ ਨਸ਼ੇ ਆਈਏ ਨਾਨਕ ਜੀ ਆਏ ਜਦੋਂ ਵਿੱਚ ਤਲ ਵੰਡੀ ਦੇ ਖੁਸ਼ੀ ਸਭ ਸੰਗਤਾਂ ਮਨਾਈ ਜੀ ਸ਼ਹਿਨ ਸ਼ਾਹ ਖੁਸ਼ੀ ਸਭ ਸੰਗਤਾਂ ਮਨਾਈਏ ਜਨਤਾ ਨੇ ਦੁੱਖ ਦੇ ਸਰੀਰ ਤੇ ਉਠਾਏ ਨੇ ਤਾਰਨੇ ਨੇ ਦੂਰ ਤਾਰੇ ਪਤਾ ਦੇ ਜਾਏ ਨੇ ਤਾਰੇ ਪਤਾ ਦੇ ਜਾਏ ਨੇ ਪਿਆਰਿਆ ਸੰਗਤ ਦੇ ਆ ਸਿੱਖੀ ਦੇ ਆ ਸੂਰਜਾ ਧਨ ਜੋਜਣੇ ਦੀ ਤੇਰੀ ਮਾਈ ਨਾਨਕ ਜੀ ਆਏ ਜਦੋਂ ਵਿੱਚ ਤਲ ਵੰਡੀ ਦੇ ਖੁਸ਼ੀ ਸਭ ਸੰਗਤਾਂ ਮਨਾਈ ਜੀ ਸ਼ਹਿਨ ਸ਼ਾਹ ਖੁਸ਼ੀ ਸੰਗਤਾਂ ਮਨਾਈਏ ਸਤਿਕਾਰ ਕੀਤਾ ਤੇਰੀ
ਵੱਡੀ ਕਮਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੰਨੀ ਕਮਾਈ ਕਰ ਦਿੱਤੀ ਹੈ, ਆਪਣੇ ਕੋਲੋਂ ਕਦੇ ਕਮਾਈ ਮੁੱਕ ਨਹੀਂ ਸਕਦੀ। ਮੇਰੇ ਗੁਰਦੇਵ ਥੋੜ੍ਹੇ ਦੇ ਵੱਡੇ ਹੋਏ ਨੇ ਹਾਣੀਆਂ ਨਾਲ ਖੇਡਣ ਵਾਸਤੇ।
Thank you.
ਮੈਂ ਤਾਂ ਤਾਇਆ ਹੁਣ ਮੈਨੂੰ ਬਿਤਾਰੇ ਮੈਂ ਤਾਂ ਤਾਇਆ
Thank you.